ਉਹ ਤਾਂ ਜਿੱਦਾਂ ਹੁਣ ਹਰਦੀਪ ਸਿੰਘ ਨੇ, ਮੈਂ ਤਾਂ ਬੜਾ ਅਮੇਜ਼ ਹੋ ਗਿਆ ਭਾਈ, ਖਰਪੀਰ ਤੋਂ ਲਾ ਕੇ ਦੇਖੋ ਉਹਨੇ ਕੱਲਾ ਆਪਣੇ ਲਈ ਲੰਗਰ ਬਣਾਇਆ, ਸਾਰੇ ਲੰਗਰ ਬਣਾ ਕੇ ਧਰਮ ਨੂੰ ਸਾਰਿਆਂ ਨੂੰ ਮੇਕ ਸ਼ੋਰ ਕੀਤਾ ਸੇਫ, ਥਾਂ ਥਾਂ ਰੋਕ ਕੇ ਹੌਸਲਾ ਦਿੱਤਾ। ਮੈਂ ਤਾਂ ਉਹੀ ਜਿੱਦਾਂ ਉਹਨਾਂ ਕਾਫੀ ਉਹਨਾਂ ਕੰਟੈਕਟ ਰਹੇ ਹਾਂ, ਅਸੀਂ ਬੜੇ ਖੁਸ਼ ਹਾਂ ਭਾਈ ਤੁਸੀਂ ਸੇਫਟੀ ਬੋਤਲ ਪਹੁੰਚ ਗਏ ਹੁਣ। ਹੁਣ ਕਿੱਦਾਂ ਫੀਲ ਹੋ ਰਿਹਾ? ਹਾਂਜੀ, ਇੱਥੋਂ ਨਾ ਮਤਲਬ ਕਿ ਅਸੀਂ ਜਾ ਰਹੇ ਹੈਗੇ ਗੁਰਦੁਆਰਾ ਸਾਹਿਬ। ਆਲਰੇਡੀ ਮੇਰੇ ਹਸਬੈਂਡ ਆ ਉੱਥੇ ਗੁਰਦੁਆਰਾ ਸਾਹਿਬ ਜੀ, ਉਹਨਾਂ ਨੇ ਸਟੇ ਕੀਤਾ ਹੋਇਆ, ਉਹਨਾਂ ਨੇ ਸਾਨੂੰ ਲੋਕੇਸ਼ਨ ਸੈਂਡ ਕਰਕੇ ਗੁਰਦੁਆਰਾ ਸਾਹਿਬ ਦੀ, ਇੱਥੋਂ ਬਾਇਆ ਬੱਸ ਐਂਡ ਟੈਕਸੀ। ਉਹ ਕਹਿੰਦੇ ਵੀ ਆਲਮੋਸਟ ਤਾਂ ਵੈਸੇ ਤਾਂ ਫ੍ਰੀ ਲੈ ਕੇ ਜਾਣਗੇ, ਅਦਰਵਾਈਜ਼ ਪੇ ਕਰਨੀ ਨਹੀਂ ਹੈ ਤਾਂ ਵੀ ਉੱਥੋਂ ਗੁਰਦੁਆਰਾ ਸਾਹਿਬ ਆਪੇ ਪੇ ਕਰਨਗੇ ਜੀ ਉਹ। ਅੱਛਾ, ਤੁਸੀਂ ਫਿਰ ਜਿਹੜੀ ਬੱਸ ਆ ਜਿਹੜੀ ਇਹ ਪ੍ਰਾਈਵੇਟ ਬੱਸ ਆ ਜਾਂ ਇਹ ਐਮਬੈਸੀ ਇੰਡੀਆ ਦੇ ਐਮਬੈਸੀ ਕੀਤੀ ਆ? ਇਹ ਜੀ ਹੁਣ ਇੰਨਾ ਨੀ ਪਤਾ ਜੀ, ਇਹ ਤਾਂ ਬਾਹਰ ਬੱਸਾਂ ਲੱਗੀਆਂ ਹੋਈਆਂ ਹਜੇ, ਅਸੀਂ ਇੱਥੋਂ ਐਂਟਰ ਨੀ ਕੀਤੇ ਬਾਹਰ। ਅੱਛਾ ਅੱਛਾ, ਇਹ ਜਿਵੇਂ ਵੋਲਵੋ ਬੱਸ ਹੁੰਦੀ ਨੀ, ਵੋਲਵੋ ਬੱਸ ਹੈਗੀਆਂ ਵੱਡੀਆਂ, ਤੇ ਬਾਇਆ ਅਸੀਂ ਸੋਚਾਂਗੇ ਸ਼ਾਇਦ ਅਸੀਂ ਟੈਕਸੀ ਕਰੀ, ਟੈਕਸੀ ਦਾ ਸਾਨੂੰ ਰਿਸਪੋਂਸ ਮਿਲੂ ਕਿ ਉਹ ਕੀ ਮਤਲਬ ਕਿ ਗੁਰਦੁਆਰਾ ਸਾਹਿਬ ਵੋਸੋ ਵਿੱਚ ਆ ਜਾਂ ਕਰੈਕੋ ਵਿੱਚ ਆ? ਅੱਛਾ ਅੱਛਾ, ਠੀਕ ਠੀਕ। ਉਹ ਤਾਂ ਹੁਣ ਚਲੋ ਠੀਕ ਆ, ਵਧੀਆ ਫਿਰ। ਚਲ ਠੀਕ ਆ, ਬਾਕੀ ਮਤਲਬ ਕਿ ਮੋਸਟਲੀ ਸਟੂਡੈਂਟ ਇੱਥੇ ਵੀ ਕਾਫੀ ਹਜੇ ਫਸੇ ਹੋਏ ਆ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਗੱਲ ਕਰਕੇ ਹੋ ਸਕਿਆ ਮਤਲਬ ਕਿ ਇਹਨਾਂ ਨੂੰ ਸਾਰਾ ਫੂਡ ਪ੍ਰੋਵਾਈਡ ਕਰਾਏਗੀ, ਬਸ ਅਸੀਂ ਸੋਚੇ ਗੁਰਦੁਆਰਾ ਸਾਹਿਬ ਪਹੁੰਚੇ ਪਹਿਲਾਂ। ਨਹੀਂ ਨਹੀਂ, ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਹੁਣ ਜੰਗ ਚੋਂ ਨਿਕਲੇ ਆਏ ਆ, ਹੁਣ ਬਸ ਸੇਫ ਕੰਟਰੀ ਵਿੱਚ ਆ, ਫਿਕਰ ਨਾ ਕਰੋ ਤੁਸੀਂ ਹੁਣ।